دیرہ سچا سودا ہنسا پرکرن معاملے میں ایس آئی ٹی دوارہ کی گئی جانچ میں خامیاں پائے جانے پر پنجاب اور ہریا ہائی کورٹ نے ناراضگی ظاہر کی ہے اور اس کے ساتھ ہائی کورٹ نے ایس آئی ٹی کو نردیش دیا ہے کہ وہ اس معاملے میں درج کیے گئے بیانوں کو ری ایگزامن کریں وہیں ہائی کورٹ نے نیوکت کیے گئے کوٹ کمیشنر کو بھی نردیش دیا ہے کہ وہ اپنی ریپورٹ میں دو سبتہ کے اندر اس ریپورٹ کو دیں اس کے علاوہ ڈیرا سچا سودا ہنسا پرکر معاملے میں ہائی کورٹ میں کیا کاروائی ہوئی اس بارے میں خاص بات چیت کی ہمارے سواددا انیل کمار نے پنجاب اور ہریانہ ہائی کورٹ کے ایڈوکیٹ مہندر سنگھ جوشی سے ڈیرہ سچا سودا ہنسا پرکن کے معاملے میں آج پنجاب اور ہریانہ ہائی کورٹ میں سنوائی تھی سنوائی کے دوران کیا ہوا اس سے میرے ساتھ ہیں پنجاب اور ہریانہ ہائی کورٹ کے ایڈوکیٹ مہندر سنگھ جوشی ان سے جانتے ہیں جی جوشی اج جاگا ڈیرا سچا سودا کا جہاں ریپ کیس بچ گلٹی ہوڑ ہون تو بعد ਬੋਇਲੈਂਸ ਹੋਇਆ ਹਰਿਆਣੇ ਤੇ ਪੰਜਾਬ ਚ ਅ ਉਸ ਕੇਸ ਦੀ ਸੁਣਵਾਈ ਕਰਦੇ ਅੱਜ ਫੁੱਲ ਵੈਂਚ ਨੇ ਸੁਣਵਾਈ ਕੀਤੀ ਜਿਹਦੇ ਵਿੱਚ ਸਟੇਟਸ ਰਿਪੋਰਟ ਫਾਈਲ ਕਰੀ ਹਰਿਆਣੇ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਦੇ ਵੱਲੋਂ ਦੱਸਿਆ ਗਿਆ ਬਈ ਟੋਟਲ 240 ਐਫ ਆਈ ਆਰਾਂ ਦੇ ਵਿੱਚੋਂ 203 ਜਿਹੜਾ ਹੈਗਾ ਅਸੀਂ ਕੇਸਾਂ ਦੇ ਵਿੱਚ ਚਲਾਨ ਪੇਸ਼ ਕਰਤੇ 20 ਉਹਨਾਂ ਨੇ ਕਿਹਾ ਵੀ ਅਸੀਂ ਕਲੱਬ ਕਰਤੀਆਂ ਦੂਜੀ ਐਫ ਆਈ ਆਰ ਨਾਲ ਉਹ ਕਲੱਬ ਕਰਤੇ ਤੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ 203 ਐਫ ਆਈ ਆਰਾਂ ਦੇ ਵਿੱਚ ਹੁਣ ਤੱਕ ਚਲਾਨ ਪੇਸ਼ ਕਰਤੇ ਅ ਦੂਸਰਾ ਮਿਸਿੰਗ ਪਰਸਨ ਬਾਰੇ ਗੱਲ ਚੱਲੀ ਜੀ 23 ਪਰਸਨ ਮਿਸਿੰਗ ਨੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਸੀ ਦੋ ਜਿਹੜੇ ਹੈਗੇ ਨੇ ਉਹ ਅਲਾਈਵ ਨੇ ਦੋ ਪਰਸਨ ਜਿਹੜੇ ਨੇ ਉਹ ਉਹਨਾਂ ਨੇ ਟਰੇਸ ਕਰ ਲਏ ਪਰ ਉਹਦੇ ਤੇ ਕੋਰਟ ਨੇ ਪੁੱਛਿਆ ਵੀ ਉਹ ਡਿਟੇਲ ਦਿਓ ਉਹਨਾਂ ਦੇ 22 ਐਫ ਆਈ ਆਰ ਕਿਉਂ ਹੋਈ ਜਾਂ ਉਹਦੇ ਵਿੱਚ ਉਹਨਾਂ ਦਾ ਕੰਪਲੀਟ ਐਡਰੈਸ ਤੇ ਉਹ ਅੱਗੇ ਉਹ ਫਰਦਰ ਸਟੇਟਸ ਰਿਪੋਰਟ ਚ ਉਹਨਾਂ ਨੂੰ ਕੰਪਲੀਟ ਜਿਹੜੀ ਉਹਦੀ ਡਿਸਕ੍ਰਿਪਸ਼ਨ ਦੇਣ ਲਈ ਕਿਹਾ ਹੈ ਜੋਸੀ ਜੀ ਹਾਈ ਕੋਰਟ ਨੇ ਕੋਈ ਡਾਇਰੈਕਸ਼ਨ ਵੀ دی ਹੈ ਕਿਹਾ ਹਾਈ ਕੋਰਟ ਨੇ ਜਦੋਂ ਨਾ ਗੱਲ ਚੱਲੀ ਜਿਹੜਾ ਡੇਰਾ ਸੱਚਾ ਸੌਦਾ ਦਾ ਆਈਟੀ ਇੰਚਾਰਜ ਗ੍ਰਿਫਤਾਰ ਹੋਇਆ ਸੀ ਬਨੀਤ ਕੁਮਾਰ ਜਿਹਦੇ ਤੇ ਇਹ ਇਲਜ਼ਾਮ ਹੈ ਵੀ ਉਹਨੇ ਡੇਰੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਹਾਰਡ ਡਿਸਕਾਂ ਜਿਨ੍ਹਾਂ ਦੇ ਵਿੱਚ ਉਹ ਸੀਸੀਟੀਵੀ ਫੁਟੇਜ ਦੀ ਡਾਟਾ ਸੀਗਾ ਉਹ ਡੈਮੇਜ ਕਰਤੀਆਂ ਉਹਦੀ ਜਿਹੜੀ ਡਿਸਕਲੋਜ਼ਰ ਸਟੇਟਮੈਂਟ ਕਸਟੋਡੀਅਨ ਟੈਰੋਗੇਸ਼ਨ ਦੇ ਦੌਰਾਨ ਹੋਈ ਹੋਈ ਉਹਦੇ ਵਿੱਚ ਇਹ ਫੈਕਟ ਆਉਂਦਾ ਵੀ ਜਿਹੜੀਆਂ ਹੈਗੀਆਂ ਵੀ ਉਹ ਸਾਨੂੰ ਇਫੈਕਟ ਕਰ ਸਕਦੀਆਂ ਤੇ ਆ ਇਸ ਕਰਕੇ ਉਹ ਡੈਮੇਜ ਕਰਤੀਆਂ ਪਰ ਉਥੇ ਗੱਲ ਉੱਠੀ ਵੀ ਜੇ ਉਹ ਡੈਮੇਜ ਕੀਤੇ ਨੇ ਉਹ ਕਿਹਦੇ ਕਹਿਣ ਤੇ ਉਹਨੇ ਡੈਮੇਜ ਕੀਤੇ ਨੇ ਉਹ ਕਿਹਨੂੰ ਇਫੈਕਟ ਕਰਦੀਆਂ ਤੇ ਕੌਣ ਉਹਦਾ ਬੈਨੀਫੀਸ਼ੀਅਰ ਡੈਮੇਜ ਕਰਨ ਵਿੱਚ ਇਹ ਸਾਰੀ ਗੱਲ ਉਹਦੇ ਵਿੱਚ ਲੌਜੀਕਲ ਐਂਡ ਤੱਕ ਨਹੀਂ ਪਹੁੰਚਾਈ ਤੀ ਇਸ ਗੱਲ ਤੇ ਇਨਵੈਸਟੀਗੇਸ਼ਨ ਏਜੰਸੀ ਨੂੰ ਥੋੜੀ ਨਰਾਜਗੀ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਇੱਕ ਬਲਰਾਜ ਸਿੰਘ ਅਰੈਸਟ ਹੋਇਆ ਉਹਦੇ ਕੋਲੋਂ ਬੈਗ ਚੋਂ ਸਮਾਨ ਮਿਲਿਆ ਸੀ ਕੋਈ ਆਪਣਾ ਪੈਨ ਡਰਾਈਵ ਤੇ ਹੋਰ ਐਦਾਂ ਦੇ ਜਿਹੜਾ ਸਮਾਨ ਸੀਗਾ ਬਰਾਮਦ ਹੋਇਆ ਤੇ ਉਹਦੇ ਬਿਆਨ ਚ ਜੀ ਕਰਾਉਂਦਾ ਵੀ ਡੇਰੇ ਦੇ ਵਿੱਚੋਂ ਦੋ ਤਿੰਨ ਗੱਡੀਆਂ ਕੈਸ਼ ਦੀਆਂ ਭਰ ਕੇ ਲਿਜਾਈਆਂ ਗਈਆਂ ਪਰ ਉਹ ਕੈਸ਼ ਕਿੱਥੇ ਗਿਆ ਉਹਦੇ ਬਾਰੇ ਸਵਾਲ ਨਹੀਂ ਪੁੱਛਿਆ ਗਿਆ ਉਹ ਕਿੱਥੇ ਉਹਦੀ ਰਿਕਵਰੀ ਨਹੀਂ ਕੀਤੀ ਗਈ ਜਾਨੀ ਇਹ ਕਿਉਂਕਿ ਜਿਹੜੀ ਵੀ ਡਿਸਕਲੋਜ਼ਰ ਸਟੇਟਮੈਂਟ ਅਕਿਊਜ਼ ਦੀ ਹੁੰਦੀ ਹੈ ਜੇ ਉਹ ਫਾਲੋਡ ਵਾਈਸ ਹਮ ਰਿਕਵਰੀ ਨਾ ਹੋਵੇ ਕੋਈ ਸਬਸਟੈਂਸ ਨਾ ਮਿਲੇ ਤਾਂ ਉਹਦੀ ਕੋਈ ਵੈਲਿਊ ਨਹੀਂ ਹੈਗੀ ਇਸ ਕਰਕੇ ਇਸ ਪੱਖ ਤੋਂ ਵੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਹੈ ਜਿਹੜੀ ਉਹ 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 ਨੂੰ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਵੀ ਇਹ ਪ੍ਰੋਪਰ ਅਸਲ 'ਚ ਇਹ ਗੱਲ ਉੱਠੀ ਵੀ ਇਨਵੈਸਟੀਗੇਟਿੰਗ ਏਜੰਸੀ ਹੈ ਜਿਹੜੀ ਦੇ ਆਰ ਟ੍ਰਾਈਂਗ ਟੂ ਦਾ ਬੈਨੀਫਿਸ਼ਰੀ ਉਹ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਐਵੀਡੈਂਸ ਬਹੁਤ ਆ ਰਿਹਾ ਜਿਹਦੇ ਵਿੱਚ ਜਿਹੜੀ 68 2017 ਦੀ ਕੌਨਸਪੀਰੇਸੀ ਹੋਈ ਡੇਰਾ ਸੱਚਾ ਸੌਦਾ ਦੇ ਵਿੱਚ ਉਹਦੇ ਵਿੱਚ ਇੱਕ ਰਜੇਸ਼ ਅਗਰਵਾਲਾ ਉਹਦਾ ਬਿਆਨ ਹੈ ਵੀ 13 ਬਾਸ ਦੇ ਵਿੱਚ ਜਿਹੜੀ ਹੈਗੀ ਆ ਉਹ ਕੌਨਸਪੀਰੇਸੀ ਦੀ ਮੀਟਿੰਗ ਹੈਲਡ ਹੋਈ 13 ਬਾਸ ਅਸਲ ਚ ਗੁਰਮੀਤ ਰਾਮ ਸਿੰਘ ਦਾ ਐਕਸਕਲੂਸਿਵ ਰੈਜੀਡੈਂਸ ਹੈ ਤੇ ਜੇ ਮੇਰੇ ਘਰ ਵਿੱਚ ਕੋਈ ਮੀਟਿੰਗ ਹੋ ਰਹੀ ਹੈ ਇਹ ਹੋ ਹੀ ਨਹੀਂ ਸਕਦਾ ਵੀ ਮੈਂ ਉਸ ਮੀਟਿੰਗ ਦਾ ਪਾਰਟ ਨਾ ਹੋਵਾਂ ਇਸ ਕਰਕੇ ਇਦਾਂ ਦੇ ਐਵਿਡੈਂਸ ਆਉਣ ਦੇ ਬਾਵਜੂਦ ਵੀ ਦੇ ਆਰ ਟ੍ਰਾਈਂਗ ਟੂ ਸੇਵ ਸੰਬੰਧ ਉਹ ਉਸ ਤੇ ਨਾਰਾਜ਼ਗੀ ਦਾ ਮਾਹੌਲ ਕੋਰਟ 'ਚ ਬਣਿਆ ਜੋਸੀ ਜੀ ਕੋਈ ہائی کورٹ نے یہ بھی ہدش دیے ہیں کہ جو جانچ کرنے کے لیے دوبارہ یا کسی سے پوچھنے کے لیے کورٹ نے جڑا کلیئر ڈائریکشن دیتی ہے سپیشل انویسٹی گیٹیو ٹیم نو کہ جو انہوں نے ہن تک 161 دے بیان ریکارڈ کیے تھے نی سی آر پی سی دے تحت وہ ری ایگزامین کرنا تے جتھے کیتے لوڈ ہے وہ وہ جڑا ہے گا کسٹوڈیل انٹروگیشن لئی فردر کوشش کرنا جتھے کیتے ریکوائرڈ تے انو لاجیکل اینڈ تک پہنچاون جڑے بھی ایشوز نے ਜੋਸੀ ਜੀ ਕੋਰਟ ਕਮਿਸ਼ਨਰ ਦੀ ਰਿਪੋਰਟ ਪਰ ਵੀ ਹਾਈ ਕੋਰਟ ਮੇ ਕੋਈ ਜ਼ਿਕਰ ਕੀਤਾ ਗਿਆ ਹੈ ਕਿਹਾ ਹਾਂ ਜ ਕੋਰਟ ਲਰਡ ਕੋਰਟ ਕਮਿਸ਼ਨਰ ਜਿਹੜੇ ਹੈਗੇ ਨੇ ਉਹ ਮਾਨ ਜੋ ਫੁੱਲ ਬੈਂਚ ਦੇ ਅੱਗੇ ਖੁਦ ਪੇਸ਼ ਹੋਏ ਸੀਗੇ ਤੇ ਉਹਨਾਂ ਨੇ ਐਲਾਨ ਕੀਤਾ ਕਿ ਵੀ ਮੈਨੂੰ ਫਰਦਰ ਜਿਹੜੀ ਰਿਪੋਰਟ ਦੇਣ ਲਈ ਕਿਹਾ ਹੈ ਉਹਦੇ ਬਾਰੇ ਮੈਂ ਪ੍ਰੋਪਰ ਸਮਝਿਆ ਨਹੀਂ ਤੇ ਉਹਨੇ ਵੀ ਕਿਹਾ ਵੀ ਮੈਂ ਸਿਰਫ ਦੋ ਜਿਹੜੇ ਇਸ਼ੂਜ਼ ਨੇ ਉਹਨਾਂ 'ਤੇ ਕੁਝ ਕਹਿ ਸਕਦਾ ਸੀ ਵੀ ਇੱਕ ਤੇ ਵਹੀਕਲ ਜਿਹੜੇ ਅਨ ਕਾਊਂਟਡ ਵਹੀਕਲਜ਼ ਪਾਇਗੇ ਡੇਰਾ ਦੇ ਵਿੱਚ ਇੱਕ ਤਾਂ ਉਹਦੇ ਬਾਰੇ ਤੇ ਦੂਸਰਾ OBC ਬੈਨ ਉਹ ਵੀ ਬੈਨ ਮਿਲੀ ਜਿਹੜੀ ਡੇਰੇ 'ਚ ਉਹਨੂੰ ਉਹਨਾਂ ਡੇਰੇ ਨੇ ਕਲੇਮ ਕੀਤਾ ਨਾ ਕਿਸੇ ਨੇ ਉਹ ਸਟੋਲਨ ਐ ਕਿਵੇਂ ਆ ਉਹਦੇ ਬਾਰੇ ਵੀ ਮੈਂ ਕਹਿ ਸਕਦਾ ਸੀ ਕੁਝ ਇਦਾਂ ਦੀ ਉਹਨਾਂ ਗੱਲ ਕਰੀ ਪਰ ਜਦੋਂ ਕਾਫੀ ਗੱਲ ਡਿਸਕਸ਼ਨ ਚ ਹੋਈ ਤਾਂ ਉਹ ਕੋਰਟ ਨੇ ਉਹਨੂੰ ਦੱਸਿਆ ਤੇ ਵੀ ਬਤਾ ਜੁਡੀਸ਼ੀਅਲ ਆਫੀਸਰ ਉਹ অবজারਵੇਸ਼ਨ ਦੇਣੀਆਂ ਬਣਦੀ ਸੀ ਉਹਨਾਂ ਦੀਆਂ ਕਿਉਂਕਿ ਉਹਨੂੰ ਨਿਰਾ ਇਹ ਸੁਪਰਵਾਈਜ਼ ਕਰਨ ਲਈ ਨਿਖਾ ਗਿਆ ਤੇ ਸਗੋਂ ਨਾਲ-ਨਾਲ ਉਹਨੂੰ ਹੀ ਹੈਜ਼ ਟੂ ਸਬਮਿਟ ਅ ਰਿਪੋਰਟ ਰਿਪੋਰਟ ਦਾ ਮਤਲਬ ਹੈ ਉਹਨੂੰ অবজারਵੇਸ਼ਨ ਵੀ ਨਾਲ-ਨਾਲ ਜੁਡੀਸ਼ੀਅਲ ਮਾਈਂਡ ਅਪਲਾਈ ਕਰਕੇ ਦੇਣੀਆਂ ਬਣਦੀਆਂ ਸੀਗੀਆਂ ਉਹਦੇ ਵਿੱਚ ਉਹ ਫਰਦਰ ਜਦੋਂ ਕੋਰਟ ਨੇ ਉਹਨੂੰ ਕਿਹਾ ਵੀ ਉਹ ਵਿਦਨ 2 ਵੀਕਸ ਜਿਹੜੀ ਹੈ ਰਿਪੋਰਟ ਸਬਮਿਟ ਕਰੇ ਜੋਸੀ ਜੀ ਕਿਹਾ ਅੱਜ ਹਾਈ ਕੋਰਟ ਨਾਰਾਜ਼ਗੀ ਵੀ ਪ੍ਰਗਟ ਕੀਤਾ ਹੈ ਕਿਹਾ ਜਦੋਂ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ ਇਨਵੈਸਟੀਗੇਸ਼ਨ ਵਾਸ ਨਾਟ ਅਪ ਟੂ ਦੀ ਲੈਵਲ ਫਿਰ ਕੋਰਟ ਨੇ ਨਾਰਾਜ਼ਗੀ ਜ਼ਾਹਰ ਕੀਤੀ ਇਹ تھے ਮੇਰੇ ਸਾਥ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੇ ਐਡਵੋਕੇਟ ਮਹਿੰਦਰ ਸਿੰਘ ਜੋਸੀ ਇਨਕਾ ਕਹਿਣਾ ਹੈ ਕਿ ਡੇਰਾ ਸੱਚਾ ਸੋਦਾ ਹਿੰਸਾ ਪਰਕਰਨ ਕੇ ਮਾਮਲੇ ਮੇਂ ਅੱਜ ਹਾਈ ਕੋਰਟ ਮੇਂ ਸੁਣਵਾਈ ਥੀ ਸੁਣਵਾਈ ਕੇ ਦੌਰਾਨ ہریانہ سرکار نے اپنی سٹیٹس رپورٹ ہائی کورٹ میں سوپ دی ہے اس کے ساتھ ساتھ انہوں نے یہ بھی بتایا کہ ہائی کورٹ نے ایس آئی ٹی کو ڈریکشن دی ہے سنجی کے ساتھ انل کمار ٹوٹل نیوز چندگار